ਸਾਨੂੰ ਯਕੀਨ ਜਿਹਾ ਨਹੀਂ ਹੋਇਆ ਜੀ ਸਾਰਿਆਂ ਨੂੰ ਵੀ ਅਸੀਂ ਇਕੱਠੀ ਬੈਠੇ ਸੀਗੇ ਘਰ ਵੀ ਇਸ ਤਰ੍ਹਾਂ ਵੀ ਸਾਡਾ ਨੰਬਰ ਲੱਗ ਗਿਆ ਉਹਨਾਂ ਨੇ ਇੱਕ ਪ੍ਰੂਫ ਜਿਹਾ ਭੇਜਿਆ ਸਾਨੂੰ ਫਿਰ ਵੀ ਯਕੀਨ ਨਹੀਂ ਹੋਇਆ ਵੀ ਜਿੰਨਾ ਚਿਰ ਰਿਜ਼ਲਟ ਨਹੀਂ ਆਇਆ ਅਤੇ ਜਦੋਂ ਉਹਨਾਂ ਨੇ ਰਿਜ਼ਲਟ ਦੀ ਫੋਟੋ ਭੇਜੀ ਤਾਂ ਅਸੀਂ ਚੈੱਕ ਕਰਾਏ ਨੰਬਰ ਮਿਲਾਇਆ ਅਤੇ ਸਾਡਾ ਹੀ ਨੰਬਰ ਮਿਲ ਗਿਆ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਹੁਣ ਸਾਨੂੰ ਥੋੜ੍ਹਾ ਹੌਂਸਲਾ ਹੋਇਆ ਵੀ ਚਲੋ ਦੇਣਾ ਲੈਣਾ ਵੀ ਉੱਤੋਂ ਜਿਹਦਾ ਦੇਣਾ ਹੈਗਾ ਸੀ ਕਿੰਨਾ ਕਰਜ਼ਾ ਸੀਗਾ ਮੇਰੇ ਸਹਿ ਸੀਗਾ ਜੀ 3-4 ਲੱਖ ਰੁਪਇਆ ਕਰਜ਼ਾ ਸੀਗਾ ਜੀ ਇੱਕ ਮਿੰਟ 'ਚ ਹੀ ਲੈ ਜੂਗਾ ਤੇ ਜਮਾ ਟੈਨਸ਼ਨ ਫ੍ਰੀ ਹੋ ਜੀ ਹਾਂਜੀ ਵੈਸੇ ਜੀ ਹੁਣ ਲੱਗਦਾ ਜੀ ਟੈਨਸ਼ਨ ਫ੍ਰੀ ਹੋ ਜਾਾਂਗੇ ਜੀ ਪਹਿਲਾਂ ਤਾਂ ਹੀ ਲੱਗੀ ਜਾਂਦਾ ਸੀ ਵੀ ਲਾਵਾਂਗੇ ਕਿਵੇਂ ਇਹਨੂੰ ਜੀ ਕਹਿੰਦੇ ਨੇ ਰੱਬ ਜਦੋਂ ਕਿਸੇ ਨੂੰ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ ਇਹ ਕਹਾਵਤ ਜਸਵੀਰ ਸਿੰਘ ਜੋ ਕਿ ਬਾਬਾ ਜੀਵਨ ਸਿੰਘ ਨਗਰ ਮੋਗਾ ਰੋਡ ਬਾਗਾ ਪੁਰਾਣਾ ਵਿਖੇ ਸਹੁਰੇ ਘਰ ਰਹਿ ਰਿਹਾ ਹੈ ਅਤੇ ਪਿੰਡ ਮਾੜੀ ਮੁਸਤਫਾ ਅਲਮੀਨੀਅਮ ਦਾ ਕੰਮ ਕਰਦਾ ਉਸ 'ਤੇ ਸਾਬਤ ਹੋਈ ਹੈ ਜਦੋਂ ਉਸ ਨੂੰ 2.5 ਕਰੋੜ ਰੁਪਏ ਦੀ ਲੋਟਰੀ ਨਿਕਲੀ ਹੈ ਪਤਾ ਲੱਗਦੇ ਹੀ ਜਸਵੀਰ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਜਸਵੀਰ ਸਿੰਘ ਨੇ ਦੱਸਿਆ ਕਿ ਗਰੀਬ ਪਰਿਵਾਰ ਹੈ ਮੇਰੀ ਦੁਕਾਨ ਦਾ ਕਿਰਾਇਆ ਵੀ ਬੜੀ ਮੁਸ਼ਕਲ ਨਾਲ ਨਿਕਲਦਾ ਸੀ ਅਤੇ ਗੁਜ਼ਾਰਾ ਕਰਨਾ ਵੀ ਮੁਸ਼ਕਲ ਸੀ ਸਾਡੀ ਪਰਮਾਤਮਾ ਨੇ ਸੁਣ ਲਈ ਹੈ ਅਤੇ ਅਸੀਂ ਸਾਰਾ ਪਰਿਵਾਰ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਸਾਨੂੰ ਬਹੁਤ ਵਧੀਆ ਖੁਸ਼ੀ ਹੋਈ ਹੈ ਜੀ ਸਾਡਾ ਪਹਿਲੀ ਵਾਰ ਨਾਮ ਨਿਕਲਿਆ ਜੀ ਅੱਗੇ ਵੀ ਲਾਟਰੀ ਕਾਫੀ ਵਾਰ ਪਾਈ ਹੈ ਜੀ ਅਤੇ ਅੱਗੇ ਕੋਈ ਡਰਾ ਨਹੀਂ ਨਿਕਲਿਆ ਸਾ ਪਰ ਐਤਕੀ ਸਾਡਾ ਨੰਬਰ ਲੱਗ ਗਿਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਸਾਰਿਆਂ ਨੂੰ ਕਦੋਂ ਪਾਈ ਸੀਗੀ ਲੋਟਰੀ ਕਿੱਥੋਂ ਪਾਈ ਸੀ ਇਹ ਬਾਗੇ ਪੁਰਾਣੀ ਪਾਈ ਸੀ ਜੀ ਮੈਂ 1 ਤਰੀਕ ਨੂੰ ਪਾਈ ਸੀਗੀ ਜੀ ਅਤੇ 5 ਤਰੀਕ ਦਾ ਸ਼ਾਮ ਦਾ 6:30 ਵਜੇ ਦਾ ਰਿਜ਼ਲਟ ਸੀਗਾ ਜੀ ਇਹਦਾ ਅਤੇ ਕੱਲ੍ਹ ਸ਼ਾਮੀ ਮੈਨੂੰ ਫੋਨ ਆਇਆ ਵੀ ਆਪ ਤੁਹਾਡਾ ਨੰਬਰ ਲੱਗ ਗਿਆ ਜੀ ਸਾਨੂੰ ਯਕੀਨ ਜਿਹਾ ਨਹੀਂ ਹੋਇਆ ਜੀ ਸਾਰਿਆਂ ਨੂੰ ਵੀ ਇੱਥੇ ਇਕੱਠੀ ਬੈਠੇ ਸੀਗੇ ਘਰ ਵੀ ਇਸ ਤਰ੍ਹਾਂ ਵੀ ਸਾਡਾ ਨੰਬਰ ਲੱਗ ਗਿਆ ਅਤੇ ਉਹਨਾਂ ਨੇ ਇੱਕ ਪ੍ਰੂਫ ਜਿਹਾ ਭੇਜਿਆ ਸਾਨੂੰ ਫਿਰ ਵੀ ਯਕੀਨ ਨਹੀਂ ਹੋਇਆ ਵੀ ਜਿੰਨਾ ਚਿਰ ਰਿਜ਼ਲਟ ਨਹੀਂ ਆਇਆ ਅਤੇ ਜਦੋਂ ਉਹਨਾਂ ਨੇ ਰਿਜ਼ਲਟ ਦੀ ਫੋਟੋ ਭੇਜੀ ਤਾਂ ਅਸੀਂ ਚੈੱਕ ਕਰਾਏ ਨੰਬਰ ਮਿਲਾਇਆ ਅਤੇ ਸਾਡਾ ਹੀ ਨੰਬਰ ਮਿਲ ਗਿਆ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ 2.5 ਕਰੋੜ ਦੀ ਅਮਾਊਂਟ ਜਿਹੜੀ ਬਹੁਤ ਵੱਡੀ ਹੁੰਦੀ ਹੈ ਕੀ ਸੋਚਿਆ ਵੀ ਇਸ ਦੇ ਹੁਣ ਕੀ ਅੱਗੇ ਦੇਖੋ ਜੀ ਸਾਡੀ ਤਾਂ ਜੋ ਨੰਘ ਹੀ ਇਹੋ ਜੀ ਆਉਣ ਵਾਲੇ ਬੱਚਿਆਂ ਦੀ ਇਹ ਵਧੀਆ ਭਵਿੱਖ ਬਣਾਵਾਂਗੇ ਕੋਈ ਬਿਜ਼ਨਸ ਵਧੀਆ ਚਲਾਵਾਂਗੇ ਜੀ ਅਤੇ ਜੋ ਵੀ ਮਦਦ ਕਿਸੇ ਦੀ ਹੁੰਦੀ ਮਾੜੀ ਮੋਟੀ ਜਿੰਨੀ ਵੀ ਹੁੰਦੀ ਅਸੀਂ ਵੱਧ ਤੋਂ ਵੱਧ ਕਰਾਂਗੇ ਜੀ ਮੈਂ ਐਲਮੀਨੀਅਮ ਦਾ ਕੰਮ ਕਰਦਾ ਜੀ ਜੋੜੀ ਹੈ ਤਾਂ ਜੀ ਮੇਰਾ ਆਪਦਾ ਹੀ ਆ ਪਰ ਹੈ ਦਿਹਾੜੀ ਵਾਲਾ ਕੰਮ ਹੀ ਹੈ ਜੀ ਘਰ ਦੇ ਵਿੱਚ ਮੈਂ ਮੇਰੀ ਵਾਈਫ ਅਤੇ ਮੇਰਾ ਬੇਟਾ ਜੀ ਉਹ ਜੀ ਮੇਰੇ ਨਾਲ ਵੱਖ ਰਹਿੰਦੇ ਆ ਜੀ ਅਤੇ ਸ਼ੁਰੂ ਤੋਂ ਹੁਣ 10 ਸਾਲ ਹੋਏ ਕਵੀ ਉਹਨਾਂ ਨਾਲ ਵੱਖ ਹੋਇਆ ਨੂੰ ਜੀ ਅਤੇ ਕਵੀ ਉਹਨਾਂ ਦਾ ਫੋਨ ਨਹੀਂ ਆਇਆ ਹੈਗਾ ਘਰ ਦੇ ਹਾਲਾਤ ਵੀ ਠੀਕ ਹੈ ਕਿਸ ਤਰ੍ਹਾਂ ਦੀ ਖੁਸ਼ੀ ਹੋ ਰਹੀ ਘਰ ਦੇ ਹਾਲਾਤ ਜੀ ਸਾਡੇ ਬਸ ਬਹੁਤ ਬੁਰੇ ਸੀਗੇ ਹੁਣ ਸਾਨੂੰ ਥੋੜ੍ਹਾ ਹੌਂਸਲਾ ਹੋਇਆ ਵੀ ਚਲੋ ਦੇਣਾ ਲੈਣਾ ਵੀ ਉੱਤੋਂ ਜਿਹਦਾ ਦੇਣਾ ਹੈਗਾ ਸੀ ਕਿੰਨਾ ਕਰਜ਼ਾ ਸੀਗਾ ਮੇਰੇ ਸਹਿ ਸੀਗਾ ਜੀ 3-4 ਲੱਖ ਰੁਪਇਆ ਕਰਜ਼ਾ ਸੀਗਾ ਜੀ ਇੱਕ ਮਿੰਟ 'ਚ ਹੀ ਲੈ ਜੂਗਾ ਤੇ ਜਮਾ ਟੈਨਸ਼ਨ ਫ੍ਰੀ ਹੋ ਜੀ ਹਾਂਜੀ ਵੈਸੇ ਜੀ ਹੁਣ ਲੱਗਦਾ ਜੀ ਟੈਨਸ਼ਨ ਫ੍ਰੀ ਹੋ ਜਾਵਾਂਗੇ ਜੀ ਪਹਿਲਾਂ ਤਾਂ ਹੀ ਲੱਗੀ ਜਾਂਦਾ ਸੀ ਵੀ ਲਾਵਾਂਗੇ ਕਿਵੇਂ ਇਹਨੂੰ ਜੀ ਪਹਿਲਾਂ ਤਾਂ ਦਿਨ ਪੋ ਰਾਤ ਉਹੀ ਵੜ ਵੜ ਖਾਈ ਜਾਂਦਾ ਸੀਗਾ ਜੀ ਕਿਹੜੀ ਲਾਟਰੀ ਪਾਈ ਸੀ ਤੁਸੀਂ ਇਹ ਆਪਣਾ ਨਾਗਾਲੈਂਡ ਸੀ ਕਿੰਨੇ ਰੁਪਏ ਲਾਟਰੀ ਸੀ ਇਹ 500 ਰੁਪਏ ਦੀ ਸੀਗੀ ਜੀ ਇੱਕ ਹੀ ਪਾਈ ਸੀ ਹਾਂਜੀ ਜੀ 2 ਪਾਈਆਂ ਸੀਗੀਆਂ ਜੀ ਅਤੇ ਉਸ ਤੋਂ ਪਹਿਲਾਂ ਇੱਕ ਮੈਂ ਹੋਰ ਪਾਈਆਂ ਸੀ ਉਹਦਾ ਮੈਨੂੰ 2000 ਰੁਪਇਆ ਨਾਮ ਆਇਆ ਸੀਗਾ ਜੀ ਅਤੇ ਉਦੋਂ ਮੈਂ 2000 ਰੁਪਏ ਦੇ ਵਿੱਚੋਂ 1-2 ਲਾਟਰੀਆਂ ਪਾਤੀਆਂ ਪਹਿਲਾਂ ਮੈਂ ਸੋਚਿਆ ਵੀ ਦੁਕਾਨ ਦਾ ਕਿਰਾਇਆ ਦੇ ਦੂੰਗਾ ਮੈਂ ਹਾਂ ਵੀ 2400 ਰੁਪਇਆ ਬਣਦਾ ਪਿਆ ਜੀ ਫਿਰ ਮੈਂ ਕਿਹਾ ਚੱਲ 2 ਲਾਟਰੀਆਂ ਪਾ ਦਿੰਦਾ ਜੀ ਕੋਈ ਤਾਂ ਨੰਬਰ ਕਦੇ ਕਿਸਮਤ ਦਾ ਜਾਗੂਗੀ ਪਰ ਉਹਨਾਂ ਦੇ ਵਿੱਚੋਂ ਜੀ ਦੋਨਾਂ 'ਚੋਂ 1 ਨੰਬਰ ਲੱਗ ਗਿਆ ਜੀ 1 ਤਰੀਕ ਨੂੰ ਪਾਈ ਸੀ 5 ਤਰੀਕ ਨੂੰ ਰਿਜ਼ਲਟ ਆਇਆ ਜੀ ਬਹੁਤ ਵਧੀਆ ਰਿਜ਼ਲਟ ਆਇਆ ਜੀ ਉਹਦਾ ਮੈਨੂੰ ਵੀ ਬਹੁਤ ਖੁਸ਼ੀ ਹੋਈ ਮੈਨੂੰ ਪਤਾ ਵੀ ਨਹੀਂ ਸੀ ਵੈਸੇ ਇਹਨਾਂ ਨੇ ਲਾਟਰੀ ਪਾਈ ਦੀ ਆ ਪਰ ਜੇ ਨਿਕਲੀ ਉਹਦੀ ਪਤਾ ਲੱਗਿਆ ਫਿਰ ਵੀ ਨਹੀਂ ਘਰੇ ਨਹੀਂ ਦੱਸਿਆ ਸੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਤਾਂ ਬਹੁਤ ਟਾਈਮ ਹੋ ਗਿਆ ਵੈਸੇ ਲੋਟਰੀ ਪਾਉਂਦਿਆਂ ਨੂੰ ਥੋੜ੍ਹੇ ਦਿਨ ਪਹਿਲਾਂ ਵੀ ਇਹਨਾਂ ਨੂੰ 2000 ਰੁਪਏ ਦੀ ਨਿਕਲੀ ਸੀ ਅਤੇ ਉਹਨਾਂ ਦੀ ਇਹਨਾਂ ਨੇ ਪਾਈ ਸੀ ਮਤਲਬ ਕਿ 2 ਲੋਟਰੀਆਂ ਹੋਰ ਪਾਤੀਆਂ ਸੀ ਉਹਨਾਂ 'ਚ ਇੱਕ ਹੁਣ ਫਿਰ ਨਿਕਲਿਆ ਜੀ ਘਰੇ ਜੀ ਅਸੀਂ ਤਾਂ ਵੈਸੇ ਤਾਂ 3 ਜਣੇ ਹੀ ਹਾਂ ਮੈਂ ਅਤੇ ਮੇਰਾ ਹਸਬੈਂਡ ਅਤੇ ਮੇਰਾ ਬੇਟਾ ਵੈਸੇ ਮੈਂ ਅਸੀਂ ਮੇਰੀ ਮੰਮੀ ਹੋਣਾਂ ਨਾਲ ਰਹਿੰਦੇ ਸੀ ਅਤੇ ਕੀ ਕਹਿੰਦਾ 2.5 ਕਰੋੜ ਦੀ ਅਮਾਊਂਟ ਜਿਹੜੀ ਬਹੁਤ ਵੱਡੀ ਹੁੰਦੀ ਹੈ ਕੀ ਇਹਦਾ ਸੋਚਿਆ ਕੀ ਕਰਾਂਗੇ ਬਹੁਤ ਕੁਛ ਮਤਲਬ ਕਿ ਬੱਚਿਆਂ ਦੀ ਮਤਲਬ ਪਰਵਰਿਸ਼ ਕਰਾਂਗੇ ਵਧੀਆ ਆਪ ਤਾਂ ਜਿਵੇਂ ਨੰਗ ਹੀ ਨੌਕਰੀ ਬਹੁਤ ਦੇਖੀ ਨਹੀਂ ਮਿਲੀ ਫਿਰ ਸਭ ਕੁਛ ਛੱਡ ਕੇ ਮੈਂ ਤਾਂ ਕੱਪੜਿਆਂ ਵਾਲੀ ਦੁਕਾਨ 'ਤੇ ਲੱਗ ਗਈ ਸੀਗੀ ਕਰਜ਼ਾ ਲਾਉਣਾ ਲੋਕਾਂ ਦਾ ਜੀ ਕਿੰਨਾ ਕਰਜ਼ਾ ਕਿੰਨਾ ਸੀ 4-5 ਲੱਖ ਦਾ ਸੀ ਹੁਣ ਵੀ ਕੰਟੀਨਿਊ ਰੱਖੋਗੇ ਆਪਦਾ ਉੱਥੇ ਜਾਣਾ ਹਾਂਜੀ ਉਵੇਂ ਜਾਊਂਗੀ ਜੀ ਕੰਮ 'ਤੇ ਤਾਂ ਨੀਤੂ ਹੈ ਜੀ ਕੀ ਲੱਗਦਾ ਤੁਸੀਂ ਮੈਂ ਰੇਸ਼ਮਾ ਰਾਣੀ ਦੀ ਸਿਸਟਰ ਹਾਂ ਅਤੇ ਰਿੰਕੂ ਮੇਰਾ ਜੀਜਾ ਹੈ ਜੀ ਜੀਜਾ ਜੀ ਦੀ ਅੱਜ ਲੋਟਰੀ ਨਿਕਲੀ ਆ
मैनु बहुत ज्यादा खुशी है जी। कितने ता इन्हां दे सिर ते छत भी है नहीं सी, एक बहुत किराए ते कमरे ते रहिंदे सीगे, कोई घर कोई बार कुछ भी नहीं सीगा। हौली हौली असीं इन्हां नूं इत्थे लियांदा, पैसे सारिआं ने मदद करके एक छोटा जिहा प्लाट लिया, उहदे विच 4-5 लाख रुपया सिर चढ़ गया सीगा। सुबह शाम नित हर रोज़ कोई ना कोई मंगण वाला आउंदा सीगा जी। साढ़े दिमाग ते बहुत लोड सीगा भी असीं किवें लावांगे करजा, ना कि उह घर दे विच रहिंदे भी नहीं सी हले, पुराणियां टैल बत्ता लै के बनाया सीगा। इस करके मेरी मम्मी डैडी के घर रेंदे सीगे बेचारे, ते मेरी भैण मैं कपड़िया वाली दुकान ते लाती सीगी। निक्का जिहा बेटा 2.5-3 साल दा जिहनूं बगैर दुध तो पलिया जी बेचारा, ओह मेरा भाणजा। अज मेरे सानू लाटरी निकली है, बहुत ज़्यादा खुशी है जी। परमात्मा एहो जी खुशी हर गरीब परिवार दे विच आवे, हर दा विश्वास उच्चा होवे, परमात्मा दा असीं बहुत बहुत शुक्रगुजार हाँ जी, बहुत ज़्यादा। इहदे नाल मेरे अपनोई नूं कोई वधिया बिजनेस चलावांगे, सारे भैण भरा वधिया रल के काम करांगे जी असीं।